ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਮਾੜੀ ਖਬਰ ਸਾਹਮਣੇ ਆ ਰਹੀ ਆ ਜੀ ਰੇਲ ਦੇ ਨਾਲ ਇਸ ਤਰ੍ਹਾਂ ਹੋਈ ਟਰੱਕ ਦੀ ਭਿਆਨਕ ਟੱਕਰ ਹੋਈਆਂ ਮੌਤਾਂ ਸ਼ਾਇੂ ਸੋਗ ਦੀ ਲਹਿਰ ਤਾਂ ਦੋਸਤੋ ਵੀਡੀਓ ਨੂੰ ਪੂਰਾ ਦੇਖ ਲਿਓ ਤਾਂ ਜੋ ਤੁਹਾਨੂੰ ਇਸ ਵੱਡੀ ਘਟਨਾ ਦੀ ਜਾਣਕਾਰੀ ਮਿਲ ਸਕੇ ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਹਾਂ ਦੋਸਤੋ ਇੱਕ ਵੱਡਾ ਅਜੀਹਾ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਨਾਲ ਕਈਆਂ ਦੀ ਜਾਨ ਚਲੀ ਗਈ ਤੇ ਕਈ ਜ਼ਖਮੀ ਹੋ ਗਏ ਹਨ ਤੇ ਬੇहद ਹੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਜੀ ਰੇਲ ਦੇ ਨਾਲ ਸਾਰੀ ਘਟਨਾ ਵਾਪਰੀ ਹੈ ਤੇ ਇੱਕ ਰੇਲ ਨੇ ਕਈ ਜ਼ਖਮੀ ਵੀ ਕਰ ਦਿੱਤੇ ਹਨ ਤੇ ਕਈ ਮੌਤ ਦੇ ਮੂੰਹ ਵਿੱਚ ਭੇਜ ਦਿੱਤੇ ਹਨ ਤੇ ਦਰਦਨਾਕ ਅਤੇ ਬੇहद ਹੀ ਭਿਆਨਕ ਹਾਦਸਾ ਇਹ ਵਾਪਰ ਗਿਆ ਤੇ ਜਿਸ ਦੇ ਨਾਲ ਸਾਰਿਆਂ ਦੀ ਰੂਹ ਕੰਬ ਗਈ ਹੈ ਜਿਕਰਜੋਗ ਹੈ ਕਿ ਰੇਲ ਦੇ ਨਾਲ ਟਰੱਕ ਦੀ ਅਤੇ ਇੱਕ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਹੈ ਤੇ ਮੌਤ ਦਾ ਤਾंडਵ ਹੋਇਆ ਹੈ ਜੈਸ ਨੂੰ ਦੇਖਣ ਤੋਂ ਬਾਅਦ ਸਾਰਿਆਂ ਦੀ ਰੂਹ ਕੰਬ ਚੁੱਕੀ ਹੈ ਤੇ ਹਰ ਕੋਈ ਸਾਰਵੇਂ ਦੇ ਵਿੱਚ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਤੇ ਕਈਆਂ ਨੇ ਤਾਂ ਆਪਣੇ ਉਹਨਾਂ ਤੋਂ ਦੂਰ ਹੋ ਚੁੱਕੇ ਹਨ ਤੇ ਇਹ ਸਾਰੀ ਘਟਨਾ ਉੱਤਰ ਪ੍ਰਦੇਸ਼ ਦੇ ਵਿੱਚ ਵਾਪਰਿਆ ਜਿੱਥੇ ਸਹਾਜਨਪੁਰ ਜ਼ਿਲ੍ਹੇ ਵਿੱਚ ਇਹ ਸਾਰੀ ਘਟਨਾ ਨੇ ਅੰਜਾਮ ਲਿਆ ਤੇ ਇੱਕ ਰੇਲਵੇ ਕ੍ਰੋਸਿੰਗ ਦੇ ਉੱਤੇ ਵੇਖ ਰਹੀ ਦਰਦਨਾਕ ਤੇ ਭਿਆਨਕ ਘਟਨਾ ਵਾਪਰ ਗਈ ਤੇ ਇੱਕ ਬੱਚੇ ਸਮੇਤ 5 ਜਾਨਾਂ ਦੀ ਮੌਤ ਹੋ ਗਈ ਤੇ ਨਾਲ ਹੀ ਅੱਧਾ ਦਰਜਨ ਦੇ ਕਰੀਬ ਲੋਕ ਜ਼ਖਮੀ ਵੀ ਹੋ ਗਏ ਹਨ ਤੇ ਸਾਰੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਕਈ ਕੋਈ ਬੇਹੱਦਾ ਪਰੇਸ਼ਾਨ ਹੋ ਚੁੱਕੇ ਹਨ ਤੇ ਦੁੱਖ ਹਰ ਇੱਕ ਨੂੰ ਇਸ ਖਬਰ ਦਾ ਹੈ ਕਿਉਂਕਿ ਬਹੁਤ ਭਿਆਨਕ ਹਾਦਸਾ ਵਾਪਰਿਆ ਹੈ ਦੋਸਤੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਆਪਣੇ ਸਕਰੀਨ ਦੇ ਉੱਪਰ ਕਿ ਮੈਂ ਟਰੱਕ ਅਤੇ ਟ੍ਰੇਨ ਦੇ ਵਿਚਕਾਰ ਟੱਕਰ ਹੋਈ ਹੈ ਤੇ ਭਿਆਨਕ ਹਾਦਸੇ ਦੇ ਵਿੱਚ ਚੱਕਣਾ ਚੂਰ ਹੋ ਚੁੱਕਿਆ ਹੈ ਟਰੱਕ ਦੋਸਤੋ ਪੂਰੀ ਤਰ੍ਹਾਂ ਤੇ ਇਸ ਉਰੀ ਘਟਨਾ ਦੇ ਨਾਲ ਘਟੋ ਘਟ 18 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਤੇ ਦੱਸਣਾ ਬੰਦਾ ਹੈ ਕਿ 5 ਲੋਕਾਂ ਨੇ ਅਸਾਧਾਰ ਵਿੱਚ ਮੌਤ ਹੋ ਚੁੱਕਿਆ ਤੇ ਦਿੱਲੀ ਬਲ ਤੋ ਆ ਰਹੀ ਲਖਨਊ ਚੰਡੀਗੜ੍ਹ ਸੁਪਰ ਫਾਸਟ ਟ੍ਰੇਨ ਦੇ ਟਕਰਾਂ ਦੇ ਨਾਲੇ ਸਾਰੀ ਘਟਨਾ ਵਾਪਰੀ ਤੇ ਟਰੱਕ ਇਸ ਦੇ ਲਪੇਟ ਵਿੱਚ ਆਏ ਤੇ ਇਸ ਵਿੱਚ ਸਵਾਰ ਲੋਕਾਂ ਦੀ ਮੌਤ ਹੋ ਗਈ ਤੇ ਦੂਜੇ ਪਾਸੇ ਬਾਕੀ ਵਾਹਨਾਂ ਦੀ ਇਸ ਦੇ ਲਪੇਟ ਵਿੱਚ ਆਏ ਹਾਂ ਤੇ ਜ਼ਖਮੀ ਹੋ ਗਏ ਨੇ ਤੇ ਜ਼ਖਮੀਆਂ ਨੂੰ ਇਲਾਜ ਲਈ ਭਾਰਤੀ ਕਰਵਾਇਆ ਗਿਆ ਹੈ